11 फरवरी की रात नूं मोगा दी बाग गली विच दुकानां विच होई लुटखो अते गुंडागर्दी दा शिकार होए दुकानदारां दी सार लैण दे लई पंजाब दे साबका खेतीबाड़ी मंत्री जथेदार तोता सिंह विशेष तौर ते बाग गली विच पुज्जे जिथे उन्हां दुकानदारां नाल मीटिंग करके मौजूदा हालात दा जायजा लिया। इस समय गलबात करदिआं जथेदार तोता सिंह ने कहा कि स्थानक कांग्रेसी विधायकां दी शह ते कुछ गुंडा अंसरां वल्लों दुकानदारां नाल धक्केशाही करके लुटखो कीती गई है। उन्हां कहा कि बड़ी हैरानी दी गल है कि जिस जगह ते ਇਹ ਘਟਨਾ ਵਾਪਰੀ ਉਸ ਤੋਂ ਥਾਣਾ ਵੀ ਥੋੜੀ ਦੂਰੀ ਤੇ ਹੀ ਹੈ। ਸਾਬਕਾ ਮੰਤਰੀ ਨੇ ਵੀ ਕਿਹਾ ਕਿ ਮੋਗਾ ਹਲਕੇ ਵਿੱਚ ਵਿਕਾਸ ਦੀ ਜਗ੍ਹਾ ਵਿਨਾਸ਼ ਹੋ ਰਿਹਾ ਹੈ ਅਤੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਲੜਖੜਾ ਚੁੱਕੀ ਹੈ। ਐਮਐਲਏ ਨਾਲ ਵੀ ਮੈਂ ਰੋਸ ਪ੍ਰਗਟ ਕੀਤਾ ਤੇਰੇ ਸ਼ਹਿਰ ਜਿਹਨੇ ਤੂੰ ਇੰਨਾ ਮਾਣ ਬਖਸ਼ਿਆ ਉਹਦੇ ਸ਼ਹਿਰ ਨੂੰ ਇਹ ਬੁਰੀ ਗੱਲ ਆ। ਅੱਜ ਤੱਕ ਜ਼ਿੰਦਗੀ ਇਹੋ ਜਿਹੀ ਗੱਲਾਂ ਮੈਂ ਨਹੀਂ ਦੇਖੀਆਂ। ਮੈਂ ਬਹੁਤ ਚਿਰਦਾ ਜੋ ਇੱਥੇ ਕਾਲਜ ਪੜ੍ਹਦਾ ਰਿਹਾ ਤਾਂ ਮੇਰੇ ਸ਼ਹਿਰ ਨਾ ਵਾਹ 1968 ਨੂੰ ਯਾਦ ਹੈ। ਮੈਂ ਕਦੇ ਇਹ ਹਾਲ ਨਹੀਂ ਦੇਖਿਆ ਜ਼ਿੰਦਗੀ 60 ਸਾਲ ਦੇ ਵਿੱਚ ਕਦੇ ਇਹੋ ਜਿਹੀ ਗੱਲ ਇੱਥੇ ਹੋਈ ਵੀ ਜਿਹੜਾ ਵੀ ਨਾ ਮਾਲ ਲੁੱਟਿਆ ਉਹ ਰਿਕਵਰੀ ਦਿਖਾਈ ਜਾਵੇ।